14 ਨਵੰਬਰ ਨੂੰ ਬਠਿੰਡਾ ਤੋਂ ਲਾਪਤਾ ਹੋਈਆਂ 3 ਲੜਕੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਬਰਾਮਦ ਕਰ ਲਿਆ। ਇਸ ਮਾਮਲੇ ਬਾਰੇ ਦੱਸਦੇ ਹੋਏ ਬਠਿੰਡਾ SSP ਨਾਨਕ ਸਿੰਘ ਨੇ ਦੱਸਿਆ ਕਿ 3 ਲੜਕੀਆਂ ਘਰੋਂ ਦੂਰ ਰਹਿ ਕੇ ਕੰਮ ਕਰਨਾ ਚਾਹੁੰਦੀਆਂ ਸੀ, ਜਿਸ ਕਾਰਨ ਇਹ ਦਿੱਲੀ ਚਲੀਆਂ ਗਈਆਂ। ਕਿ ਹਰ ਇਨਫੋਰਮੇਸ਼ਨ 'ਤੇ ਐਕਟ ਕਰਦੇ ਹੋਏ ਅਸੀਂ ਸੀਕ੍ਰੇਟਲੀ ਇਹਨਾਂ ਨੂੰ ਉੱਥੇ ਤੱਕ ਪਹੁੰਚੇ ਹਾਂ, ਦਿੱਲੀ ਰੇਲਵੇ ਸਟੇਸ਼ਨ ਤੱਕ, ਅਤੇ ਇਹਨਾਂ ਨੂੰ ਸੇਫਲੀ ਰਿਕਵਰ ਕੀਤਾ। ਹੁਣ ਜਿਹੜਾ ਫੋਲੋ ਅਪ ਹੈ ਇਹਦਾ, ਇਹ ਕੁੜੀਆਂ ਨੂੰ ਚਾਈਲਡ ਸਾਈਕੋਲੋਜਿਸਟ ਅਸੀਂ ਰੈਫਰ ਕਰਵਾ ਰਹੇ ਹਾਂ। ਉਹ ਚਾਈਲਡ ਸਾਈਕੋਲੋਜਿਸਟ ਇਹਨਾਂ ਨਾਲ ਗੱਲ ਕਰੇਗਾ, ਐਂਡ ਵਿਲ ਅੰਡਰਸਟੈਂਡ ਕਿ ਇਹ ਕਿਉਂ ਗਈਆਂ ਸੀ, ਅਤੇ ਅੱਗੋਂ ਤੋਂ ਇਹੋ ਜਿਹਾ ਸਟੈਪ ਹੈ ਨਾ ਲੈਣ, ਉਹਦੇ ਵਾਸਤੇ ਇਹਨਾਂ ਦੀ ਕਿਸ ਤਰ੍ਹਾਂ ਦੀ ਕਾਊਂਸਲਿੰਗ ਦੀ ਲੋੜ ਹੈ। ਘਰੋਂ ਜਿਹੜਾ ਕੁੜੀਆਂ ਨੇ ਦੱਸਿਆ, ਟੋਟਲ 1700-1800 ਰੁਪਈਆ ਸੀ ਇਹਨਾਂ ਕੋਲ, ਜਿਹੜਾ ਕਿ ਇਹਨਾਂ ਨੇ ਯੂਜ਼ ਕੀਤਾ। ਅਤੇ ਇਹਨਾਂ ਦਾ ਪਲਾਨ ਸੀ ਕਿ ਦਿੱਲੀ ਜਾ ਕੇ ਅਸੀਂ ਕਿਸੇ ਬੇਕਰੀ 'ਤੇ ਕੰਮ ਕਰਾਂਗੇ, ਅਤੇ ਅਸੀਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਚਾਹੁੰਦੇ। ਦੱਸਦੀ ਕਿ 14 ਨਵੰਬਰ ਨੂੰ 3 ਲੜਕੀਆਂ ਲਾਪਤਾ ਹੋ ਗਈਆਂ ਸੀ, ਜਿਨ੍ਹਾਂ ਨੂੰ ਪੁਲਿਸ ਨੇ ਵੀਰਵਾਰ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਸੀ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ, ਦੈਨਿਕ ਸਵੇਰਾ TV।